ਥੋੜਾ ਮੁੰਡਾ ਡੈਡੀ ਤੁਸੀਂ ਸਤਵਿੰਦਰ ਕੋ ਰੱਖਿਆ ਕਿਹੜਾ ਕੁੱਤਾ ਕਹਿੰਦਾ ਹੈ ਮੇਰਾ ਮੁੰਡਾ ਮੈਂ ਕਹਿਣਾ ਇਹ ਤਾਂ ਸਾਰਾ ਪਾਗਲ ਆ ਤੂੰ ਇਹਦਾ ਯਕੀਨ ਕਰ ਲਿਆ ਤੂੰ ਆਪਣਾ ਨਵਾਂ ਰੱਫੜ ਪਾ ਕੇ ਬਹਿ ਜਾ ਉਹ ਮਾਹੀ ਤੂੰ ਦੱਸ ਕੇ ਤੇਰਾ ਘਰ ਵਾਲਾ ਹੈ ਜਸ ਪਲੀਜ਼ ਮੈਨੂੰ ਬਾਹਰ ਲੈ ਜਾਓ ਨਹੀਂ ਤਾਂ ਮੈਂ ਪਾਗਲ ਹੋ ਜੂੰਗੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਅੰਦਰ ਜਾਣ ਦਾ ਕੋਈ ਫਾਇਦਾ ਨਹੀਂ ਚਲੋ ਏ ਜੱਫੀਆਂ ਉਹਨੂੰ ਨਹੀਂ ਇਹਨੂੰ ਪਾ ਉਹ ਮੈਂ ਪਾਵਾਂ ਜੱਫੀਆਂ ਤੈਨੂੰ ਹੈ ਓ ਸਰਪੰਚਾ ਕੀ ਵੋਟਾਂ ਮੰਗਣਾ ਇੱਥੇ ਮਾਰ ਸਾਲ ਦੇ ਧੌਣ ਚ ਆਪਣੀਆਂ ਧੌਣ ਫੜੀ ਖੜਾ ਨਾ ਤੂੰ ਮੇਰੀ ਧੌਣ ਫੜ ਲਾ ਮੈਂ ਉਹਦੀ ਧੌਣ ਫੜ ਲੂ ਆ ਪਾ ਧੌਣ ਨੂੰ ਹੱਥ ਤੈਨੂੰ ਦੱਸਾਂ ਪਤਾ ਮੈਂ ਉਹ ਬਾਈ ਧੌਣ ਫੜੀ ਥੋੜੀ ਹੈ ਹਾਲੇ ਸਲਾਈ ਕੀਤੀ ਹੈ ਹੈ ਸੁਣਦੇ ਮੇਰੀ ਗੱਲ ਪਹੁੰਚੋ ਸਾਰੇ ਖਾਮੋਸ਼ ਖਾਮੋਸ਼ ਕਿਉਂ ਕਹਿ ਰਿਹਾ ਮੁੰਡੇ ਨੂੰ ਘੇਰੀਏ ਨੇ ਤਾਂ ਹੋਰ ਕੀ ਕਰੀਏ ਮੇਰੀ ਨੂੰਹ ਨੂੰ ਭਜਾ ਕੇ ਲੈ ਚੱਲਿਆ ਸੀ ਨਾ ਜਦੋਂ ਪਹਿਲਾਂ ਲੈ ਕੇ ਭੱਜਿਆ ਸੀ ਉਹਦੇ ਤਾਂ ਕੁਛ ਬੋਲਿਆ ਨਹੀਂ ਹਾਏ ਰੱਬਾ ਮੈਂ ਫਾਹਾ ਲੈ ਲੈਣਾ ਇੱਕ ਮਿੰਟ ਤੁਸੀਂ ਕੌਣ ਹੋ ਮੈਂ ਕੁੜੀ ਦਾ ਪਿਓ ਜਦੋਂ ਪਿਓ ਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਉਹਦੀ ਧੀ ਕਿਸੇ ਨਾਲ ਭੱਜੀ ਹੈ ਤਾਂ ਤੁਹਾਨੂੰ ਕੀ ਪ੍ਰੋਬਲਮ ਹੈ ਮੈਨੂੰ ਪ੍ਰੋਬਲਮ ਹੈ ਕਿਉਂਕਿ ਇਹਦੀ ਧੀ ਇਹਦੇ ਨਾਲ ਨਹੀਂ ਉਹਦੇ ਨਾਲ ਵਿਆਹੀ ਹੋਈ ਹੈ ਨਨੀ ਭਾਜੀ ਵੀਜ਼ਾ ਤੂੰ ਖੁਦ ਭੁੱਲ ਜਾ ਕਾਕਾ ਉਹ ਨਾ ਕਰੀ ਦੁਬਾਰਾ ਓਏ ਪਹਿਲਾਂ ਕੁੜੀ ਤੋਂ ਤਾਂ ਪੁੱਛ ਲੋ ਇਹ ਕਿਹਦੇ ਨਾਲ ਭੱਜਣਾ ਚਾਹੁੰਦੀ ਹੈ ਐਕਸਕਿਊਜ਼ ਮੀ ਯਾਰ ਜਿਹਨੇ ਮੇਰੀ ਭੈਣ ਨੂੰ ਭਜਾ ਕੇ ਲੈ ਕੇ ਜਾਣਾ ਲੈ ਜਾਓ ਪਹਿਲਾਂ ਮਿਸਟਰ ਪੱਲੋ ਦੀ ਸਾਈਨ ਕਰੋ ਓਏ ਤੂੰ ਭਰਾ ਮਰ ਲੋ ਜੀ ਇਹਨੇ ਤਾਂ ਸਾਰੀ ਗੱਲ ਹੀ ਮਕਾਤੀ ਭਰਾ ਹੋਏ ਤਾਂ ਇਹ ਜਾ ਚਲੋ ਸਾਰੇ ਟੈਂਸ਼ਨ ਵੇਲੇ ਹੋ ਗਏ ਬਹੁਤ ਹੋ ਗਿਆ ਤਮਾਸ਼ਾ ਪਹਿਲਾਂ ਮੈਨੂੰ ਸਾਰੇ ਜਾਣੇ ਇਹ ਦੱਸੋ ਮੇਰੀ ਧੀ ਕਿਹਦੇ ਨਾਲ ਵਿਆਹੀ ਹੈ ਇਹਦੇ ਨਾਲ ਓਏ ਬਕਵਾਸ ਬੰਦ ਕਰੋ ਇਹ ਤਾਂ ਸਾਰੇ ਮੇਰੇ ਇੱਕ ਮਿੰਟ ਹੁਣ ਜੇ ਕੋਈ ਵਿੱਚ ਬੋਲਿਆ ਨਾ ਤਾਂ ਮੈਂ ਗੋਲੀ ਮਾਰ ਦੂੰ ਇੱਕ ਜਣੇ ਨੂੰ ਬੋਲਣ ਦਿਓ ਹਾਂ ਯੂ ਕੈਰੀ ਔਨ ਢਿੱਲੋਂ ਜੀ ਹੁਣ ਇਹ ਮੰਨੋ ਭਈ ਇਹ ਥੋੜਾ ਮੁੰਡਾ ਹੈ ਹੁਣ ਮੈਂ ਤੇਰੇ ਗੋਲੀ ਮਾਰੂ ਇਹ ਤਾਂ ਮੇਰਾ ਮੁੰਡਾ ਹੈ ਓਏ ਮਾਰੋ ਮੈਨੂੰ ਮਾਰੋ ਅੰਕਲ ਅੱਗੇ ਘੱਟ ਪ੍ਰੋਬਲਮ ਹੈ ਤੁਸੀਂ ਹੋਰ ਵਧਾਈ ਜਾਂਦੇ ਹੋ ਹਨੀ ਇਹਨਾਂ ਦਾ ਮੁੰਡਾ ਹੈ ਜਸ ਤੁਸੀਂ ਕੁਝ ਬੋਲੋ ਨਾ ਛੱਡ ਆਪਾਂ ਕੀ ਲੈਣਾ ਬੋਲ ਕੇ ਕੋਈ ਸ਼ਰਮ ਕਰ ਕੋਈ ਸ਼ਰਮ ਲੋਕ ਤੇਰੇ ਪਿਓ ਨੂੰ ਝੂਠਾ ਪਾਈ ਜਾਂਦੇ ਆ ਤੇ ਤੂੰ ਸਾਲਾ ਕਹਿੰਦਾ ਆਪਾਂ ਕੀ ਲੈਣਾ ਵਾਟ ਯੂ ਮੀਨ ਬਾਈ ਪਿਓ ਪਿਓ ਹੋਵੋਗੇ ਹਨੀ ਦੇ ਓਏ ਮੈਂ ਮੈਂ ਇਹਦਾ ਪਿਓ ਆ ਇਹ ਮੇਰਾ ਮੁੰਡਾ ਹੈ ਓ ਗੋਡ ਸਾਲਾ ਡੁੱਬ ਕੇ ਮਰ ਜਾ ਹੋਰਾਂ ਦੀਆਂ ਨੂੰ ਭਜਾਈ ਫਿਰਦਾ ਆਪਣੇ ਵਾਲੀ ਨੂੰ ਸਾਹਬ ਜਿਹੜੀ ਕਮਲੀ ਹੋਈ ਫਿਰਦੀ ਹੈ ਕਮਲੇ ਤਾਂ ਤੁਸੀਂ ਹੋਏ ਫਿਰਦੇ ਹੋ ਮੈਂ ਹਨੀ ਦੀ ਨਹੀਂ ਜਸ ਦੀ ਘਰ ਵਾਲੀ ਆ ਅੱਛਾ ਤੂੰ ਤਾਂ ਬਿੰਦਕ ਨੂੰ ਕਹੇਗੀ ਮੈਂ ਜਸ ਦਾ ਪਿਓ ਵੀ ਨਹੀਂ ਹਾਂ ਇਹਨਾਂ ਦੇ ਫਾਦਰ ਤਾਂ ਮਰ ਚੁੱਕੇ ਨੇ ਅਜੇ ਨਹੀਂ ਮਰਿਆ ਤੂੰ ਦੇਖਦੀ ਜਾ ਹੁਣ ਮਰੂਗਾ ਤੇਰੀਆਂ ਅੱਖਾਂ ਸਾਹਮਣੇ ਮਰੂਗਾ ਪਸਤੌਲ ਦੇ ਲੈਟ ਮੀ ਡਾਊਨ ਓਏ ਮਰਨਾ ਹੈ ਤਾਂ ਜੀ ਸੱਚੇ ਮਰੋ ਪਰ ਮੇਰੀ ਪਸਤੌਲ ਨਾਲ ਹੀ ਕਿਉਂ ਮੈਂ ਤਾਂ ਜਿਹੜੀ ਇੱਕ ਗੋਲੀ ਚਲਾਈ ਹੈ ਉਹਦਾ ਵੀ ਮਹਿਕਮੇ ਨੂੰ ਹਿਸਾਬ ਦੇਣਾ ਔਖਾ ਹੋ ਜਾਣਾ ਇਹਦਾ ਕਿੱਥੇ ਦਾਂਗਾ ਅੱਗੇ ਪੁਲਿਸ ਵਾਲੇ ਫੜੇ ਗੋਲੀਆਂ ਦਾ ਹਿਸਾਬ ਦਿੰਦੇ ਆ ਸਾਰਾ ਇਹ ਤੰਦੀ ਵੱਡੀ ਆ ਦੇਖੋ ਬਾਜੀ ਰੱਬ ਦਾ ਵਾਸਤਾ ਤੁਸੀਂ ਠੰਡੇ ਦਿਮਾਗ ਨਾਲ ਦੱਸੋ ਕਿ ਤੁਹਾਨੂੰ ਪ੍ਰੋਬਲਮ ਕੀ ਹੈ ਓਏ ਦੱਸਾਂ ਤਾਂ ਤਾਂ ਜੇ ਮੇਰੀ ਕੋਈ ਸਾਲਾ ਸੁਣੇ ਉਹ ਮੇਰਾ ਮੁੰਡਾ ਮੇਰੀ ਗੰਦੀ ਉਲਾਦ ਇਹ ਉਹਦੀ ਘਰ ਵਾਲੀ ਆ ਇਹ ਮੇਰਾ ਕਿਰਾਏਦਾਰ ਆ ਸਾਲਾ ਮੇਰੀ ਨੂੰਹ ਨੂੰ ਲੈ ਕੇ ਭੱਜ ਗਿਆ ਅਜੇ ਕੁੱਤਿਆਂ ਨੇ ਪੌਂਕੀ ਜਾਂਦੇ ਆ ਇਹ ਤੇਰਾ ਮੁੰਡਾ ਹੈ ਮੇਰੀ ਧੀ ਇਹਦੇ ਨਾਲ ਵਿਆਹੀ ਹੈ ਓ ਇਹਦੇ ਨਾਲ ਨਹੀਂ ਇਹਦੇ ਨਾਲ ਵਿਆਹੀ ਹੈ ਓ ਇਹਦੇ ਨਾਲ ਤਾਂ ਮੇਰੀ ਭੈਣ ਵਿਆਹੀ ਹੈ ਓ ਨਹੀਂ ਇਹ ਤਾਂ ਸਾਡੇ ਕਿਰਾਏਦਾਰ ਨਾਲ ਵਿਆਹੀ ਹੈ ਓਏ ਹੁਣ ਇਹ ਕੌਣ ਹੈ ਸਾਡਾ ਨੌਕਰ ਹੈ ਲੋ ਹਾਏ ਓਏ ਹੁਣ ਨੌਕਰ ਵੀ ਬੋਲਣ ਲੱਗ ਪਏ ਤੂੰ ਚੁੱਪ ਕਰਕੇ ਖੜਾ ਇੱਥੇ ਮੈਂ ਸਮਝਦਾ ਸੀਗਾ ਤੂੰ ਮੈਨੂੰ ਹੀ ਕਮਲਾ ਕੀਤਾ ਹੈ ਇੱਥੇ ਤਾਂ ਅੱਧੀ ਦੁਨੀਆ ਕਮਲੀ ਕੀਤੀ ਹੋਈ ਹੈ ਤੂੰ ਮੈਂ ਪੁੱਛਦਾ ਤੇਰਾ ਅਸਲੀ ਬਾਪ ਕੌਣ ਹੈ ਉਹ ਦੱਸ ਤੇਰਾ ਅਸਲੀ ਬਾਪ ਕੌਣ ਹੈ ਸਾਲੀ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ ਡੈਡੀ ਕੁਝ ਸਮਝ ਆ ਰਿਹਾ ਹੈ ਸਮਝ ਤਾਂ ਕੁਝ ਨਹੀਂ ਆ ਰਿਹਾ ਚੈਰੀ ਪੁੱਤਰ ਪਰ ਸਵਾਦ ਬਹੁਤ ਆ ਰਿਹਾ ਹੈ ਉਹ ਇੱਧਰ ਉੱਧਰ ਕੀ ਝਾਕ ਰਿਹਾ ਉਹਨਾਂ ਤੋਂ ਪੁੱਛ ਕੇ ਦੱਸੇਗਾ ਤੇਰਾ ਬਾਪ ਕੌਣ ਹੈ ਓਏ ਤੂੰ ਮੇਰਾ ਪੁੱਤਰ ਨਾ ਉਹ ਬੋਲ ਕਿਹਦਾ ਪੁੱਤ ਤੂੰ ਮੇਰਾ ਪੁੱਤ ਨਾ ਨਹੀਂ ਓਏ ਪੁੱਤ ਕਪੂਤ ਹੋ ਗਏ ਮੈਂ ਲੱਗਿਆ ਮਰਨ ਲੱਗਿਆ ਹੈ